ਹਾਂਜੀ ਪੰਜਾਬ ਵਾਲਿਓ, ਸਾਡਾ ਸਾਡਾ ਹੁਣ ਸ਼ਹੀਦ ਆ, ਠੀਕ ਆ, ਦੀਪ ਸਿੰਘ ਸਿੱਧੂ ਸਾਡਾ ਸ਼ਹੀਦ ਆ, ਠੀਕ ਆ। ਉਹ ਨਿੱਕੀ ਉੱਥੇ ਬੋਲੀ ਜਾਂਦਾ ਕਿ ਉਹਨੂੰ ਨਹੀਂ ਪਤਾ ਕੀ ਬੋਲਦਾ, ਸਾਰਾ ਕੁਝ ਉਹਨੂੰ ਪਤਾ ਸੀ ਕੀ ਬੋਲਦਾ ਆ, ਠੀਕ ਆ। ਜਦੋਂ ਬੋਲਦਾ ਨਾ ਉਸ ਵਿੱਚ ਪੌਜ਼ ਨਹੀਂ ਆਉਂਦਾ, ਜਿਵੇਂ ਤੇਰੇ ਚ ਆਉਂਦਾ ਆ, ਸੋਚਦਾ ਆ ਫਿਰ ਬੋਲਦਾ ਆ। ਮੇਰੇ ਚ ਤੇ ਸਿੱਧੂ ਚ ਕਦੇ ਪੌਜ਼ ਨਹੀਂ ਆਉਂਦਾ, ਪੌਜ਼ ਮਤਲਬ ਉੱਥੇ ਘੜੀ ਰੁਕ ਨਹੀਂ ਜਾਂਦੀ, ਠੀਕ ਆ। ਮੈਂ ਉਹਨੂੰ ਆਪਣੇ ਆਪ ਨੂੰ ਕੰਪੇਅਰ ਨਹੀਂ ਕਰਦਾ, ਠੀਕ ਆ। ਤੇ ਭਾਈ ਮੈਂ ਤੁਹਾਨੂੰ ਕੰਮ ਦੀ ਗੱਲ ਦੱਸਣੀ ਚਾਹੁੰਦਾ ਆ ਕਿ ਦੀਪ ਸਿੱਧੂ ਦਾ ਮੈਨੂੰ ਲੱਗਦਾ ਕਤਲ ਹੋਇਆ ਆ, ਠੀਕ ਆ। ਪਹਿਲੀ ਗੱਲ ਤਾਂ ਉਹਨੇ ਜਿਹੜੀ ਪੈਂਟ ਪਾਈ ਸੀ ਡਿਫਰੈਂਟ ਆ, ਹੁਣ ਉਹ ਤਾਂ ਖੈਰ ਕਈ ਲੋਕਾਂ ਨੇ ਪਾ ਰੱਖੀ ਆ, ਮਗਰ ਉੱਥੇ ਬਲੂ ਜੀਨ ਆ ਗਈ। ਜਦੋਂ ਤੁਸੀਂ ਹਸਪੀਟਲ ਚ ਹੁੰਦੇ ਹੋ ਨਾ, ਉੱਥੇ ਉਹ ਸਕ੍ਰਬਸ ਪਾਏ ਜਾਂਦੇ, ਜਿਹੜੇ ਡਾਕਟਰ ਨਹੀਂ ਹੁੰਦੇ, ਪਜਾਮੇ ਪਜੂਮੇ ਪਾਉਂਦੇ, ਉਹ ਪਾਏ ਜਾਂਦੇ ਆ। ਜੀਨ ਕਿੱਥੋਂ ਲੈ ਕੇ ਆਏ, ਜੀਨ ਤਾਂ ਮਿਰਚਾਂ ਕਿੱਥੋਂ ਲਿਆ ਉਹਨਾਂ ਨੇ ਪਾਇਆ, ਉਹ ਵੀ ਗਲਤ ਗੱਲ ਸੀ, ਠੀਕ ਆ। ਉਹਦੇ ਵਿੱਚ ਵੀ ਪਤਾ ਲੱਗ ਜਾਂਦਾ ਕਿ ਕਿਤੇ ਨਾ ਕਿਤੇ ਗੜਬੜਿਆ। ਤੁਹਾਨੂੰ ਮੇਨ ਗੱਲ ਮੈਂ ਇਹ ਦੱਸਦਾ ਆ ਕਿ ਜਿਹੜੇ ਫੋਰੈਂਸਿਕ ਤਿੰਨ ਡਾਕਟਰਾਂ ਨੇ ਉਹਦਾ ਪੋਸਟਮਾਰਟਮ ਕੀਤਾ। ਪੋਸਟਮਾਰਟਮ ਉਦੋਂ ਕਰਦੇ ਆ ਕਿ ਪਤਾ ਲੱਗੇ ਕਿ ਬੰਦੇ ਦੀ ਜਾਨ ਗਈ ਕਿਵੇਂ, ਠੀਕ ਆ। ਉਹਨੇ ਕਿਹਾ ਹੈਡ ਇੰਜਰੀ ਹੋਈ ਸੀ ਤਾਂ ਕਰਕੇ ਜਾਨ ਗਈ। ਹੈਡ ਇੰਜਰੀ ਵਿੱਚ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਇੱਕ ਵੱਡੀ ਹੋਲ ਸੀਗੀ, ਠੀਕ ਆ, ਹੋਲ ਵਿੱਚ ਗੋਲੀ ਮਾਰੀ ਹੋਈ ਸੀ। ਜੇ ਗੋਲੀ ਮਾਰੀ ਹੋਈ ਸੀ, ਸਿਮਰਜੀਤ ਸਿੰਘ ਮਾਨ ਨੂੰ ਚਾਹੀਦਾ ਸੀ, ਦੀਪ ਸਿੱਧੂ ਦੇ ਭਰਾ ਨੂੰ ਚਾਹੀਦਾ ਸੀ, ਉਹਨਾਂ ਦਾ ਪ੍ਰਾਈਵੇਟ ਪੋਸਟਮਾਰਟਮ ਕਰਾਉਂਦੇ, ਪ੍ਰਾਈਵੇਟ, ਹਨਾ। MRI ਸਕੈਨਿੰਗ ਕਰਾਉਣੀ ਆ, ਪਤਾ ਲੱਗ ਜਾਂਦਾ, ਐਕਸਰੇ ਕਰਾ ਲੈਂਦੇ ਪਤਾ ਲੱਗ ਜਾਂਦਾ। ਤੇ ਦੂਜੀ ਤੀਜੀ ਗੱਲ ਇਹ ਆ ਕਿ ਜਿਹੜੇ ਜਿਹਨੇ ਤਿੰਨ ਡਾਕਟਰ, ਜਿਹੜੇ 300 ਕੋਲ ਸਿਵਲ ਡਾਕਟਰ ਆ ਨਾ, ਸਿਵਲ ਸਰਜਨ ਉੱਥੇ, ਹਨਾ, ਜਿਹੜੇ ਉਹ ਰਿਜ਼ਰਵੇਸ਼ਨਾਂ ਦੇ ਡਾਕਟਰ ਬਣੇ ਹੋਏ ਆ, ਮੈਨੂੰ ਪਤਾ ਸਾਰੇ ਇਹੀ ਹੁੰਦੇ ਆ, ਉਹਨਾਂ ਨੇ ਸਕਲ ਦਾ ਐਕਸਰੇ ਲਿਆ ਕਿ ਫ੍ਰੈਕਚਰ ਹੋਇਆ ਕਿਤੇ, MRI ਸਕੈਨ ਕੀਤੀ ਕਿ ਬ੍ਰੇਨ ਨੂੰ ਕੰਟਿਊਜ਼ਨ ਹੋਈ ਆ ਕਿ ਨਹੀਂ ਹੋਈ, ਤੇ ਉਹਦੇ ਮੂੰਹ ਤੇ ਸੋਜਾ ਆਇਆ ਹੋਇਆ ਸੀ। ਆ ਜਿਹੜੀਆਂ ਸਾਡੀਆਂ ਸਾਡੀਆਂ ਜਿਹੜੀਆਂ ਬੋਨਸ ਹੁੰਦੀਆਂ ਨਾ, ਇਹਨਾਂ ਚ ਚੈਪ ਉਹੀ ਪੈ ਜਾਂਦੇ, ਜਿਹੜੇ ਬਾਕਸਿੰਗ ਵਾਲੇ ਨੀ ਹੁੰਦੇ, ਕਿੰਨੇ ਚੈਪ ਪੈ ਜਾਂਦੇ, ਸਵੈਲਿੰਗ ਹੋ ਜਾਂਦੀ, ਉਹਦਾ ਮੂੰਹ ਸੁੱਜਿਆ ਹੋਇਆ ਸੀ, ਠੀਕ ਆ। ਬਲੱਡ ਥੱਲੇ ਆ ਸਕਦਾ ਪਰ ਇਹਨੂੰ ਆਉਣ ਲਈ ਕਈ ਘੰਟੇ ਚਾਹੀਦੇ, ਇਹਦਾ ਮਤਲਬ ਉਸ ਟਾਈਮ ਤੇ ਉਹਦੀ ਡੈਥ ਨਹੀਂ ਹੋਈ, ਪਹਿਲਾਂ ਹੋਈ ਸੀ। ਕਿਉਂਕਿ ਜੇ ਇੱਥੇ ਬਲੱਡ ਹੋਊਗਾ ਕਿ ਤੁਸੀਂ ਮੇਰੇ ਮੁੱਕਾ ਮਾਰੋਗੇ ਨਾ, ਬਲੱਡ ਥੱਲੇ ਆਜੂਗਾ, ਉਹਨੂੰ ਕਹਿੰਦੇ ਆ ਬਲੈਕ ਆਈ, ਹਨਾ। ਉਹਦੀ ਬਲੈਕ ਆਈ ਨਹੀਂ ਹੋਈ ਸੀ, ਗੱਲਾਂ ਸੁੱਜੀਆਂ ਹੋਈਆਂ ਸੀ, ਮਤਲਬ ਜਿਹੜਾ ਇੱਥੇ ਬਲੱਡ ਨਿਕਲਿਆ ਉਹ ਸਾਰਾ ਥੱਲੇ ਸੀਪ ਹੋ ਗਿਆ ਸੀ, ਮਤਲਬ ਥੱਲੇ ਉਹ ਚਲਿਆ ਗਿਆ ਗ੍ਰੈਵਿਟੀ ਕਰਕੇ। ਜਦ ਇੱਥੇ ਸੁੱਜਾ ਹੁੰਦਾ, ਇੱਥੇ ਸੱਟ ਲੱਗਦੀ ਹੈ ਨਾ, ਸੁੱਜਾ ਥੱਲੇ ਹੁੰਦਾ, ਉਹਨੂੰ ਕਹਿੰਦੇ ਗ੍ਰੈਵਿਟੀ, ਠੀਕ ਆ, ਉਹਨੂੰ ਪੰਜਾਬੀ ਸੁਣ ਪਤਾ ਨਹੀਂ ਕੀ ਕਹਿੰਦੇ, ਠੀਕ ਆ। ਸੋ ਉਹ ਵੀ ਉੱਥੇ ਮਾਨੇ ਨਹੀਂ ਰੱਖਦੀ ਕਿਉਂਕਿ ਗੋਲੀ ਜੇ ਵੱਜੀ ਹੋਈ ਉਹਨਾਂ ਨੇ ਕੱਢਤੀ ਹੋਊਗੀ, ਐਂਟਰੀ ਪੁਆਇੰਟ ਹੁੰਦਾ, ਐਗਜ਼ਿਟ ਪੁਆਇੰਟ ਹੁੰਦਾ, ਉਹਦਾ ਉਹਨਾਂ ਨੇ ਕੋਈ ਸਬੂਤ ਦਿੱਤਾ ਨਹੀਂ। MRI ਸਕੈਨ ਨਹੀਂ ਕਰਾਇਆ ਬ੍ਰੇਨ ਵਾਸਤੇ। ਜਿਹੜੀਆਂ ਫੇਸ਼ਲ ਇੰਜਰੀ ਹੁੰਦੀਆਂ ਨਾ, ਜਿੱਥੇ ਚੈਪ ਪੈ ਜਾਂਦੇ ਆ, ਜਾਂ ਅਸੀਂ ਰੋਜ਼ ਦੇਖਦੇ ਹਾਂ ਅਜੇ ਇੰਜਰੀਆਂ, ਠੀਕ ਆ, ਮੈਂ ਡਾਕਟਰ ਆ, ਠੀਕ ਆ। ਤੇ ਭਾਈ ਉਹਦਾ ਵੀ ਫੇਸ਼ਲ ਐਕਸਰੇ ਕਰਾਉਣੇ ਚਾਹੀਦੇ ਸੀ ਉਹਨਾਂ ਨੂੰ ਕਿ ਕਿੱਥੇ ਕਿੱਥੇ ਚੈਪ ਪਏ ਆ, ਮੂੰਹ ਤੇ ਮੁੱਕਾ ਮਾਰਿਆ ਜਾਂ ਕੀ ਮਾਰਿਆ, ਕੋਈ ਐਕਸਰੇ ਹੋਇਆ। ਐਕਸਰੇ ਫੇਸ ਦਾ ਚਾਹੀਦਾ ਸੀ, ਪ੍ਰੋਪਰ ਤਾਂ MRI ਚਾਹੀਦੀ ਸੀ, ਆਰਬਿਟ, ਇੱਥੇ ਆਰਬਿਟ ਜਿਹੜੀਆਂ ਸਾਡੀਆਂ ਨੂੰ ਆਰਬਿਟ ਕਹਿੰਦੇ ਹਾਂ ਅਸੀਂ, ਠੀਕ ਆ। ਇੱਥੇ ਕਿੱਥੇ ਕਿੱਥੇ ਜਦੋਂ ਬਾਕਸਿੰਗ ਖੇਡਦੇ ਹਾਂ ਅਸੀਂ, ਕਿੱਥੇ ਕਿੱਥੇ ਮੁੱਕੇ ਵੱਜਦੇ ਆ, ਕਿੱਥੇ ਕਿੱਥੇ ਟੁੱਟਦੀਆਂ ਆ, ਉਹ ਸਾਰੀਆਂ ਜਾਂ ਐਕਸਰੇ ਚਾਉਣੀਆਂ ਸੀ ਜਾਂ MRI ਸਕੈਨ ਚਾਉਣੀਆਂ ਸੀ ਜਾਂ CT ਸਕੈਨ ਚਾਉਣੀਆਂ ਸੀ। ਉਹ ਜਿਹੜੇ ਤਿੰਨ ਨਕਲੀ ਡਾਕਟਰ ਆ, ਹਨਾ, ਜਿਹੜੇ ਰਿਜ਼ਰਵੇਸ਼ਨ ਦੇ ਉੱਤੇ ਬੈਠੇ, ਉਹਨਾਂ ਨੇ ਕਰਾਈਆਂ, ਪਤਾ ਨਹੀਂ ਕਰਾਈਆਂ ਕਿ ਨਹੀਂ ਕਰਾਈਆਂ, ਪਰ ਉਹਨੂੰ ਅਸੀਂ ਕੋਰਟ ਵਿੱਚ ਚੈਲੰਜ ਕਰ ਸਕਦੇ, ਠੀਕ ਆ। ਉਦੋਂ ਬਾਅਦ ਇਹ ਹੁੰਦਾ, ਜਦੋਂ ਤੁਸੀਂ ਹੁਣ ਮੈਂ ਕੁਰਸੀ ਤੇ ਬਿਠਾ ਆ, ਠੀਕ ਆ, ਜੇ ਮੂਹਰੇ ਡੈਸ਼ਬੋਰਡ ਆ, ਠੀਕ ਆ, ਡੈਸ਼ਬੋਰਡ ਆ, ਤੇ ਜਦੋਂ ਉੱਥੇ ਸੱਟ ਲੱਗੂਗੀ ਮੇਰੇ ਗੋਡੇ ਟੁੱਟਣਗੇ, ਟੁੱਟੇ ਨਹੀਂ ਤਾਂ ਨਿਕਲਣਗੇ, ਡਿਸਲੋਕੇਸ਼ਨ ਤਾਂ ਹੋਊਗੀ ਨਾ। ਫਿਰ ਪਿੱਛੇ ਸਾਡੀ ਹਿੱਪ ਆ, ਆ ਮੇਰਾ ਜਿਹਨੂੰ ਲੱਕ ਕਹਿੰਦੇ ਆ ਅਸੀਂ, ਹਨਾ, ਲੱਕ ਵੀ ਪਿੱਛੇ ਨਿਕਲੂਗਾ, ਹਨਾ। ਸੋ ਲੱਕ ਦੇ ਵਿੱਚ ਕੀ ਹੁੰਦਾ ਆ, ਹੁਣ ਮੈਂ ਤੁਹਾਨੂੰ, ਸੋਰੀ, ਮੈਂ ਥੋੜਾ ਇੱਥੇ ਬੈਠਾ, ਆਏ ਆਏ ਹੁੰਦਾ ਜੁਆਇੰਟ, ਹਨਾ, ਆਏ ਜੁਆਇੰਟ ਆ, ਜਿੱਥੇ ਸੱਟ ਲੱਗੂਗੀ ਜੁਆਇੰਟ ਬਾਹਰ ਨਿਕਲੂਗਾ, ਇੱਥੇ ਜਾਊਗਾ, ਇੱਥੇ ਜਾਊਗਾ, ਇਹਨੂੰ ਕਹਿੰਦੇ ਡਿਸਲੋਕੇਸ਼ਨ, ਹਨਾ। ਉਹ ਨਹੀਂ ਹੋਈ, ਹਨਾ, ਗੋਡੇ ਨਹੀਂ ਨਿਕਲੇ, ਪੈਰ ਨਹੀਂ ਟੁੱਟੇ, ਤਾਂ ਉਹਦੇ ਵਿੱਚ ਕੁਝ ਮਸਲਾ ਤਾਂ ਹੈਗਾ ਆ, ਪ੍ਰੋਬਲਮ ਤਾਂ ਹੈਗੀ ਆ, ਹਨਾ। ਯਾ ਸਿਰ ਤੋਂ ਸ਼ੁਰੂ ਕਰ ਲਓ, ਮੈਂ ਬੜੀਆਂ ਐਕਸੀਡੈਂਟ ਦੇਖਿਆ ਲੋਕਾਂ ਦੇ, ਬਹੁਤ ਦੇਖਿਆ, ਠੀਕ ਆ, ਮਨ ਵੀ ਖਰਾਬ ਹੁੰਦਾ ਆ। ਤੇ ਭਾਈ ਮੈਂ ਇੱਕ ਇੱਥੇ ਇੱਕ ਰੋਡ ਤੇ ਨਾ, ਰੋਡ ਆਫ ਐਕਸੀਡੈਂਟ ਹੋਏ ਸੀ, ਪੁਲਿਸ ਵਾਲੀ ਸੀਗੀ, ਉਹਨੇ ਸਡਨਲੀ ਬ੍ਰੇਕਾਂ ਲਾਈਆਂ। ਸਾਡੇ ਇੱਥੇ 30-40 ਦੀ ਸਪੀਡ ਆ, ਉਹਦੀ ਸਪੀਡ ਮੇ ਵੀ 60 ਕੁ ਮਾਈਲ ਹੋਣੀ ਆ, 60 ਮਾਈਲ ਦਾ ਮਤਲਬ 100 ਕੁ ਕਿਲੋਮੀਟਰ ਹੋਣੀ ਆ, ਹਨਾ, ਤੁਹਾਡੀ ਉਹ ਕੀ ਹੁੰਦੇ ਆ, ਉਹ ਇੰਡੀਆ ਵਾਲੀ ਹੋ ਗਈ, ਹਨਾ। ਉਹਨੇ ਬ੍ਰੇਕਾਂ ਲਾਈਆਂ ਸਡਨਲੀ, ਤੇ ਉਹਨੇ ਬੈਲਟ ਨਹੀਂ ਲਾਈ ਸੀ, ਉਹਦਾ ਸਿਰ ਸਿੱਧਾ ਸ਼ੀਸ਼ੇ ਚ ਲੱਗਿਆ। ਜੇ ਇਹਦਾ ਵੀ ਲੱਗਿਆ ਸ਼ੀਸ਼ੇ ਵਿੱਚ ਸਿਰ, ਤਾਂ ਉੱਥੇ ਨਾ ਬਰੂਜ਼ ਹੋਊਗਾ, ਗਲੀ ਨਹੀਂ ਹੋਊਗੀ, ਹਨਾ, ਗਲੀ ਨਹੀਂ ਹੋਣੀ ਚਾਹੀਦੀ, ਯਾ ਇੱਥੇ ਸੱਟ ਲੱਗੂਗੀ, ਸੋਜਾ ਆਜੂਗਾ, ਵਟ ਐਵਰ, ਬਟ ਗਲੀ ਅੰਦਰ ਨਹੀਂ। ਗਲੀ ਉਦੋਂ ਹੀ ਹੁੰਦੀ ਆ ਜਦੋਂ ਸਰੀਆ ਮਾਰਦੇ ਆ ਜਾਂ ਥੋੜੀ ਮਾਰਦੇ ਆ, ਕੁਛ ਵੀ ਮਾਰਦੇ, ਠੀਕ ਆ। ਸੋ ਉਹਦੇ ਇੱਥੇ ਬਰੂਜ਼ ਤਾਂ ਕਿਤੇ ਹੈ ਨਹੀਂ ਸੀ, ਇੱਕ ਗਲੀ ਸੀਗੀ। ਸਿਮਰ ਸਿੰਘ ਮਾਨ ਸਹੀ ਵੀ ਹੋ ਸਕਦਾ ਕਿ ਗੋਲੀ ਮਾਰੀ ਹੋਵੇ, ਪਰ ਸਿਮਰ ਸਿੰਘ ਮਾਨ ਨੇ ਉਹਦਾ, ਨਾ ਉਹਦੇ ਭਰਾ ਨੇ ਦੀਪ ਸਿੱਧੂ ਨੇ ਉਹਦਾ MRI ਸਕੈਨ ਨਹੀਂ ਕਰਾਇਆ, ਐਕਸਰੇ ਨਹੀਂ ਕਰਾਇਆ, ਐਕਸਰੇ ਸਾਰਾ ਕੁਝ ਪਤਾ ਲੱਗ ਜਾਂਦਾ, ਠੀਕ ਆ। ਸੋ ਕਿਤੇ ਨਾ ਕਿਤੇ ਗੜਬੜਿਆ, ਠੀਕ ਆ। ਬਾਕੀ ਇਹ ਹੁੰਦਾ ਕਿਸੇ ਦਾ ਹੰਸ ਟੁੱਟ ਗਿਆ, ਠੀਕ ਆ, ਜਦੋਂ ਸੀਟ ਬੈਲਟ ਲਾਈ ਹੁੰਦੀ ਹੈ ਨਾ, ਸੀਟ ਬੈਲਟ ਦੀਆਂ ਬਰੂਜ਼ਿਸ ਹੁੰਦੀਆਂ, ਬਰੂਜ਼ਿਸ ਮਤਲਬ ਇੱਥੇ ਸਾਡੇ ਨਿਸ਼ਾਨ ਪੈ ਜਾਂਦੇ ਇੱਥੇ ਵਾਹਾਂ ਤੇ, ਠੀਕ ਆ। ਉਹ ਤਾਂ ਉਹਦੇ ਦਿਖੇ ਨਹੀਂ ਕਿਤੇ, ਨਾ ਉਹਨਾਂ ਨੇ ਦਿਖਾਇਆ ਕਿਤੇ, ਸੀਟ ਬੈਲਟ ਉਹਨੇ ਲਾਈ ਸੀ ਨਹੀਂ ਲਾਈ ਸੀ ਸਾਨੂੰ ਨਹੀਂ ਪਤਾ, ਠੀਕ ਆ। ਪਰ
ਉਹ ਇੱਕ ਤਰ੍ਹਾਂ ਨਾ ਐ ਲੱਗੂਗਾ ਜਿਵੇਂ ਤੁਸੀਂ ਕੱਪੜੇ ਤੇ ਥੱਪੀ ਮਾਰੀ ਹੁੰਦੀ ਹੈ, ਨਾ ਕਿ ਤੁਸੀਂ ਕੱਪੜੇ ਚ ਨਾਈਫ ਮਾਰਿਆ ਹੁੰਦਾ ਹੈ। ਠੀਕ ਆ, ਉਹ ਇੱਕ ਬਲੰਟ ਇੰਜਰੀ ਹੋਣੀ ਸੀ, ਪਰ ਇਹਦੀ ਇੱਕ ਸ਼ਾਰਪ ਇੰਜਰੀ ਆ। ਠੀਕ ਆ, ਉਹ ਵੀ ਉੱਥੇ ਫਿੱਟ ਨਹੀਂ ਬੈਠਦੀ। ਠੀਕ ਆ, ਪਰ ਉਹਦਾ ਪ੍ਰਾਈਵੇਟ ਪੋਸਟਮਾਰਟਮ ਤੁਸੀਂ ਕਰਾ ਸਕਦੇ ਸੀ। ਠੀਕ ਆ, ਬਾਹਰੋਂ ਕਿਸੇ ਨੂੰ ਬੁਲਾ ਸਕਦੇ ਸੀ। ਕਿੰਨੀ ਉੱਥੇ 10-20 ਹਜ਼ਾਰ ਦੀ ਉਹ MRI ਸਕੈਨ ਹੁੰਦੀ ਹੈ, ਹੁਣ ਤਾਂ 5-5 ਹਜ਼ਾਰ ਦੀ ਹੋਗੀ। ਉਹ ਕਰਾਉਣੀ ਚਾਹੀਦੀ ਸੀ, ਉਹਨਾਂ ਨੇ ਨਹੀਂ ਕਰਾਈ। ਹੋ ਸਕਦਾ ਕਿਸੇ ਨੇ ਉਹਨਾਂ ਦੀ ਫੈਮਿਲੀ ਤੇ ਵੀ ਦਬਾਅ ਪਾਇਆ ਹੋਵੇ ਕਿ ਮਾਮਲਾ ਠੰਡਾ ਰੱਖੋ, ਨਹੀਂ ਤਾਂ ਤੁਹਾਨੂੰ ਵੀ ਮਾਰ ਦੇਣਾ। ਵੀ ਡੋਂਟ ਨੋ ਦੈਟ, ਸੋਰੀ ਜੀ ਮੈਂ ਕਹਿਤਾ। ਠੀਕ ਆ, ਤੇ ਬਾਕੀ ਭਾਈ ਲੱਕ ਦੇ ਆ ਗਏ, ਚੂਲੇ ਨਿਕਲ ਜਾਂਦੇ ਲੋਕਾਂ ਦੇ, ਗੋਡੇ ਟੁੱਟ ਜਾਂਦੇ। ਜਦੋਂ ਡੈਸ਼ਬੋਰਡ ਨਾਲ ਗੋਡੇ ਲੱਗਦੇ ਨਾ, ਗੋਡਿਆਂ ਦੇ ਬਰੂਜ਼ ਵੀ ਹੁੰਦੇ ਆ। ਬਰੂਜ਼ ਤਾਂ ਮਤਲਬ ਉੱਥੇ ਸੱਟਾਂ ਲੱਗੀਆਂ ਹੁੰਦੀਆਂ, ਨੀਲ ਪਏ ਹੁੰਦੇ ਆ। ਠੀਕ ਆ, ਫਿਰ ਇੱਕ ਮੇਰੇ ਭਰਾ ਨੇ ਲਿਖਿਆ ਕਿ ਦੀਪ ਸਿੱਧੂ ਦੇ ਆਹ ਖੱਬੀ ਬਾਹ ਤੇ ਨਾ, ਮੇਰੀ ਖੱਬੀ ਬਾਹ ਆ। ਠੀਕ ਆ, ਇੱਥੇ ਪਤਾ ਨੀ ਕੀ ਦਿਖਦੀ ਆ, ਉੱਥੇ ਉੱਥੇ ਨਿਸ਼ਾਨ ਪਏ ਹੋਏ ਸੀਗੇ। ਜੇ ਨਿਸ਼ਾਨ ਪਿਆ ਉਹਨੂੰ ਕੁੱਟਿਆ ਹੋਣਾ, ਉਹਨੇ ਆਪਣਾ ਟਰਾਈ ਕੀਤਾ, ਉਹਨੇ ਆਪਣੇ ਸੱਜੀ ਬਾਹ ਖੋਲੀ, ਉਹਨੂੰ ਫੜਿਆ, ਬੰਦੇ ਨੂੰ ਕੁਛ ਵੀ ਫੜਿਆ। ਠੀਕ ਆ, ਤੇ ਮੋਸਟਲੀ ਸੱਜੀ ਬਾਹ ਤੇ ਖੱਬੀ ਦੋਨੋਂ ਕਿਤੇ ਵੀ ਹੋ ਸਕਦਾ। ਜਦੋਂ ਤੁਸੀਂ ਮੇਰੇ ਮੂੰਹ ਤੇ ਮੁੱਕੇ ਮਾਰੋਗੇ ਨਾ, ਮੈਂ ਐਂ ਕਰ ਲੈਣਾ ਆ। ਠੀਕ ਆ, ਬਾਹਾਂ ਤੇ ਸੱਟ ਲੱਗਦੀ ਆ, ਉੱਥੋਂ ਪਤਾ ਲੱਗ ਜਾਂਦਾ ਕਿ ਉਹਨੂੰ ਟੋਰਚਰ ਕੀਤਾ ਗਿਆ। ਯਾ ਸਾਡੇ ਦੀਪ ਸਿੱਧੂ ਵੀਰ ਨੂੰ ਟੋਰਚਰ ਕੀਤਾ, ਹੋ ਸਕਦਾ ਆ। ਠੀਕ ਆ, ਹੋ ਸਕਦਾ ਆ। ਯਾ ਸੋ ਕਿੰਨਾ ਕੁਛ ਹੁੰਦਾ ਆ। ਰਿਪੋਰਟ ਚ ਕੀ ਆਇਆ, ਹੈਡ ਇੰਜਰੀ ਹੋਈ ਆ, ਉਹ ਵੀ ਗਲੀ ਹੋਈ ਹੋਈ ਆ, ਗਲੀ ਯਾ ਗਲੀ ਹੋਈ ਆ। ਹੈਡ ਇੰਜਰੀ ਤਾਂ ਮਤਲਬ ਹੁੰਦਾ ਮੁੱਕਾ ਮਾਰਿਆ, ਇੱਥੇ ਪੱਥਰ ਮਾਰਿਆ, ਮੈਂ ਸਾਰਾ ਕੁਛ ਸੁੱਜੂਗਾ, ਇੱਥੇ ਸਕਿਨ ਦਿਖੂਗੀ, ਬਹੁਤ ਕੁਛ। ਪਰ ਉੱਥੇ ਗਲੀ ਹੋਈ ਹੋਈ ਆ, ਸੋ ਹੋ ਸਕਦਾ ਉਹਨੂੰ ਮਾਰਿਆ ਹੋਵੇ, ਹੋ ਸਕਦਾ ਜਿਹੜੀ ਗੋਲੀ ਅੰਦਰ ਗਈ ਉਹਨਾਂ ਨੇ ਮਗਰੋਂ ਉੱਥੋਂ ਕੱਢਤੀ ਹੋਵੇ, ਪਲਾਸ ਲੈ ਕੇ ਹਨਾ ਬਾਹਰ ਕੱਢਤੀ ਹੋਵੇ। ਸੋ ਉਹਦਾ ਜੇ ਤੁਸੀਂ ਮੈਡੀਕਲੀਕਲੀ ਉਹਦਾ ਤੁਸੀਂ ਕੇਸ ਉੱਥੇ ਪਾਉਣਾ ਆ ਨਾ, ਕ੍ਰਿਮੀਨਲ ਕੇਸ ਦਾ, ਕਿ ਇਹਦੀ ਬ੍ਰੇਨ ਦਾ ਸਕਲ ਐਕਸਰੇ ਦਿਖਾ, MRI ਸਕੈਨ ਦਿਖਾ, ਅੰਦਰ ਬ੍ਰੇਨ ਦਾ MRI ਸਕੈਨ ਦਿਖਾ, ਆਹ ਜਿਹੜੀ ਔਰਬਿਟਲ ਬੋਨ ਆ, ਛੱਡੀ ਛੱਡੀ ਮੈਗਜ ਲਾਇਆ, ਇਹਦੀਆਂ ਬੋਨ ਦਿਖਾ, ਕਿੱਥੇ ਕਿੱਥੇ ਸੱਟ ਲੱਗੀ ਹੈ। ਠੀਕ ਆ, ਕਈਆਂ ਦਾ ਜਵਾੜਾ ਵੀ ਹਿੱਲ ਜਾਂਦਾ ਜਦੋਂ ਮੁੱਕੇ ਮੁੱਕੇ ਮਾਰਦਾ। ਠੀਕ ਆ, ਉਹਦਾ ਜਵਾੜਾ ਪਤਾ ਮੈਨੂੰ ਨਹੀਂ ਲੱਗਦਾ ਹਿੱਲਿਆ ਹੋਣਾ, ਟੁੱਟਿਆ ਹੋਇਆ ਸੀ ਕਿ ਨਹੀਂ ਟੁੱਟਿਆ। ਉਹਨਾਂ ਨੇ ਸਿਰਫ ਇੱਕ ਫਾਈਂਡਿੰਗ ਦਿੱਤੀ ਆ, ਜਿਹੜੇ ਫੋਰੈਂਸਿਕ ਡਾਕਟਰ ਹੁੰਦੇ ਨਾ, ਉਹਨਾਂ ਨੂੰ ਉਹ ਫਾਈਂਡਿੰਗ ਦਿੰਦੇ ਕਿ ਡੈਥ ਹੋਈ ਕਿਵੇਂ। ਉਹਨਾਂ ਦੀ ਮੇਰੇ ਖਿਆਲ ਇੰਨੀ ਕੀ ਜ਼ਿੰਮੇਵਾਰੀ ਆ। ਹੁਣ ਸਾਡੇ ਕੋਲ ਪੇਸ਼ੈਂਟ ਆਉਂਦੇ, ਇਹਦੀ ਡੈਥ ਹੋਈ ਕਿ, ਮੈਂ ਕਹਿੰਦਾ ਹਾਰਟ ਅਟੈਕ ਹੋ ਗਿਆ, ਇਹਨੂੰ ਸਟ੍ਰੋਕ ਹੋ ਗਿਆ, ਇਹਦਾ ਰੰਗ ਹੋ ਗਿਆ, ਸੱਟ ਲੱਗੀ। ਠੀਕ ਆ, ਪਰ ਜਿਹੜੀਆਂ ਬਾਕੀ ਸੱਟਾਂ ਲੱਗੀਆਂ ਉਹ ਨਹੀਂ ਦਿਖਾਈਆਂ ਉਹਨਾਂ ਨੇ। ਠੀਕ ਆ, ਉਹ ਜਿਹੜੀ ਮੂਰੀ ਟਾਕੀ ਸੀ ਉਹਦੀ ਜਮਾਂ ਡੈਮੇਜ ਸੀਗੀ, ਉਹ ਯਾਰ ਜਮਾਂ ਡੈਮੇਜ ਸੀਗੀ। ਉਹ ਜੋ ਲੋਕਾਂ ਨੇ ਕਿਹਾ ਕਿ ਬੰਦਾ ਕਾਰ ਨੂੰ ਕੱਟ ਕੇ ਕੱਢਿਆ ਜਾ ਸਕਦਾ, ਇੱਥੇ ਮੈਂ ਪੇਸ਼ੈਂਟ ਦੇਖਿਆ ਸੀ ਮੇਰੀ ਕਲੀਨਿਕ ਦੇ ਬਾਹਰ, ਉਹ ਲੇਡੀ ਸੀ ਪੁਲਿਸ ਵਾਲੀ, ਯਾਰ ਉਹਦੇ ਸਿਰ ਤੇ ਸੱਟ, ਕੋਈ ਜ਼ਖਮ ਵੀ ਹੈ ਨਹੀਂ ਸੀ, ਉਹਦਾ ਸ਼ੀਸ਼ੇ ਚ ਸਿਰ ਲੱਗਿਆ ਸੀ, ਸ਼ੀਸ਼ੇ ਸਕਰੀਨ ਜਿਹੜੀ ਵਿੰਡ ਸਕਰੀਨ ਹੁੰਦੀ ਨਾ ਫਰੰਟ ਵਾਲੀ, ਉਹ ਚ ਤੇੜ ਆਈ ਹੋਈ ਸੀ, ਪਰ ਉਹਦੇ ਸਿਰ ਤੇ ਕੋਈ ਨਿਸ਼ਾਨ ਨਹੀਂ ਸੀ। ਠੀਕ ਆ, 1.5 ਘੰਟਾ ਲੱਗਿਆ ਉਹਨੂੰ ਕਾਰ ਚ ਕੱਢਣ ਵਾਸਤੇ, ਜਦੋਂ ਕਿ ਉਹਨੂੰ ਉਹੀ ਕੱਢ ਸਕਦੇ ਸੀ। ਸੋ ਇੱਥੇ ਉੱਥੇ ਉਹਨੇ ਚਿੱਟੀ ਪੈਂਟ ਪਾਈ ਆ, ਮਗਰ ਉਹ ਬਲੂ ਪਾਈ ਹੋਈ ਆ, ਕਿਤੇ ਨਾ ਕਿਤੇ ਗੜਬੜ ਹੈਗੀ ਆ। ਠੀਕ ਆ, ਮੈਨੂੰ ਲੋਕ ਫੋਨ ਕਰੀ ਜਾਂਦੇ ਆ, ਤੂੰ ਮੇਰਾ ਫੋਨ ਨਹੀਂ ਚੱਕਦਾ, ਤੈਨੂੰ ਮੈਂ ਬਦਨਾਮ ਕਰ ਦੂ, ਉਹ ਕਰ ਦੂ। ਮੈਂ ਕਿਹਾ ਵੀਰੇ ਅਸੀਂ ਯਾਰ ਥੋੜੇ ਇਮੋਸ਼ਨਲ ਲਿਆ, ਮੈਂ ਵੀਡੀਓ ਪਾ ਦਿੰਦਾ, ਮਤਲਬ ਇਹ ਤਾਂ ਨਹੀਂ ਹੁਣ ਮੈਂ ਕੱਲੇ ਕੱਲੇ ਨੂੰ ਜਵਾਬ ਦੇਵਾਂ ਤੁਹਾਨੂੰ, ਮੈਂ ਤੁਸੀਂ ਉਹਦੇ ਵਿਰੋਧ ਹੋ ਸਕਦੇ ਹੋ। ਠੀਕ ਆ, ਮੈਂ ਕੋਈ ਫੋਰੈਂਸਿਕ ਸਾਇੰਸਿਸਟ ਤਾਂ ਹੈ ਨਹੀਂਗਾ। ਠੀਕ ਆ, ਮੈਂ ਵੀ ਤੁਹਾਡੇ ਵਰਗਾ ਆਮ ਮਾਤੜ ਬੰਦਾ ਆ। ਠੀਕ ਆ, ਸੋ ਫਿਰ ਮੈਂ ਅਨਪਬਲਿਸ਼ ਕਰਤਾ ਪੇਜ, ਮੈਂ ਕਿਹਾ ਯਾਰ ਗੰਦੇ ਇੱਥੇ ਪੰਜਾਬ 'ਚ ਪਤਾ ਨਹੀਂ ਕੀ ਹੋਣਾ ਆ। ਠੀਕ ਆ, ਗੰਦਿਆ ਗਾਲਾ, ਇੰਨੇ ਟੈਕਸਟ ਮੈਸੇਜ ਆਉਂਦੇ ਨਾ, ਮੈਂ ਇੰਨਾ ਸਟਾਰ ਸਟੂਰ ਨਹੀਂ ਹੈਗਾ ਯਾਰ, ਪਤਾ ਨਹੀਂ ਲੋਕਾਂ ਨੂੰ ਉਮੀਦਾਂ ਹੁੰਦੀਆਂ। ਠੀਕ ਆ, ਜਿਵੇਂ ਮੈਨੂੰ ਤੁਹਾਡੇ ਤੋਂ ਉਮੀਦਾਂ ਹੈ ਕਿ ਬੋਰਡ ਕਿਹਨੂੰ ਪਾਈ ਆ ਤੁਸੀਂ, ਹਨਾ ਮੈਨੂੰ ਪਤਾ ਸਿੰਘ ਸਿੰਘ ਮਾਨ ਨੇ ਜਿੱਤ ਜਾਣਾ ਆ, ਭਗਵੰਤ ਮਾਨ ਨੇ ਵੀ ਜਿੱਤ ਜਾਣਾ ਆ, ਮੂਸੇ ਵਾਲੇ ਨੇ ਵੀ ਜਿੱਤ ਜਾਣਾ ਆ, ਪਰ ਸਾਡਾ ਕੁਛ ਠੀਕ ਠਾਕ ਨਹੀਂ ਚੱਲ ਰਿਹਾ। ਪਰ ਮੈਂ ਕਾਫੀ ਸੋਚਿਆ, ਮੈਂ ਥੋੜੀਆਂ ਸਟੱਡੀ ਕੀਤੀ, ਮੈਂ ਕੰਪਿਊਟਰ ਤੇ ਪੜਿਆ ਸਾਡੀਆਂ ਜਿਹੜੀਆਂ ਡਾਕਟਰਾਂ ਦੀਆਂ ਵੈਬਸਾਈਟਾਂ ਦੇ ਡਿਫਰੈਂਟ ਹੁੰਦੀਆਂ, ਕਿਹੜੀਆਂ ਕਿਹੜੀਆਂ ਸੱਟਾਂ ਲੱਗ ਸਕਦੀਆਂ। ਠੀਕ ਆ, ਸੋ ਹੈਡ ਇੰਜਰੀ ਹੋ ਸਕਦੀ ਆ, ਪਰ ਗਲੀ ਨਹੀਂ ਹੋ ਸਕਦੀ। ਗਲੀ ਤਾਂ ਉਦੋਂ ਹੋਊਗੀ ਜਾਂ ਸਰੀਆ ਮਾਰਿਆ ਜਾਊਗਾ ਜਾਂ ਗੋਲੀ ਮਾਰੀ ਜਾਊਗੀ। ਓਕੇ, ਮੈਂ ਸੋਚਿਆ ਵੀਡੀਓ ਪਾਉਣੀ ਨਹੀਂ। ਠੀਕ ਆ, ਮੈਨੂੰ ਬਹੁਤ ਲੋਕ ਕਹਿੰਦੇ ਡਾਕਟਰ ਆ ਕਿਉਂ ਪੰਗੇ ਲਈ ਜਾਣਾ, ਮੈਂ ਕਿਹਾ ਪਤਾ ਨਹੀਂ ਯਾਰ, ਅਸੀਂ ਇਹੋ ਜਿਹੇ ਆ ਨਾ, ਜੇ ਦੀਪ ਸਿੱਧੂ ਵਰਗੇ ਹੀਰੋ ਹੋਣਗੇ ਅਸੀਂ ਇਹੋ ਜਿਹੇ ਹੀ ਹੋਵਾਂਗੇ। ਠੀਕ ਆ, ਅਸੀਂ ਲੜਦੇ ਹੀ ਰਹਿਣਾ, ਜੰਗ ਜਾਰੀ ਰੱਖਣੀ ਅਸੀਂ ਪੰਜਾਬ ਵਾਸਤੇ। ਠੀਕ ਆ, ਯਾ ਮੈਨੂੰ ਕਿਸੇ ਨਾਲ ਗਿਲਾ ਸ਼ਿਕਵਾ ਹੈ ਨਹੀਂ ਗਾ, ਪਰ ਲੋਕਾਂ ਨਾਲ ਹੈਗਾ ਆ। ਯਾ ਜਿਉਂਦੇ ਨੂੰ ਕੋਈ ਮੁੱਲ ਨਹੀਂ, ਮਰੇ ਦੀ ਅਸੀਂ ਤੁਹਾਡੀ ਅਸੀਂ ਸੋਚ ਦੀ ਰਾਖੀ ਕਰਾਂਗੇ। ਜੇ ਅਸਲੀ ਜੱਟ ਸਿੰਘ ਸੂਰਮੇ ਹੋ ਨਾ, ਗੁਰੂ ਕੇ ਰੰਗਰੇਟੇ ਬੇਟੇ ਹੋ, ਡਟੇ ਰਹੋ, ਪਿੱਛੇ ਨਹੀਂ ਮੁੜਨਾ। ਓਕੇ ਜੀ, ਸਤਿ ਸ੍ਰੀ ਅਕਾਲ।